खबरदार कुड़िए ना ए भी मेरे बाबल दा बेड़ा रह लेण दे मैनू एक दिन रह लेण दे मैं तां मेरे भतीजे भतीजे नूं भी नहीं मिली ਬੱਟੀ ਆਈ ਬਾਬਲ ਦੇ ਬੇੜੇ ਦੀ ਬੱਚੀ ਚੱਲ ਚੱਲ ਤੁਰਦੀ ਲੱਗ ਨਾ ਕਿਰਨਜੀਤ ਦਫਾ ਹੋ ਪਰੇ ਧੁੱਪ ਸੇਕਣ ਲੱਗੀ ਹੈ ਮਾਂ ਹਾਂ ਪੁੱਤ ਆ ਜਾ ਤੂੰ ਵੀ ਸੇਕ ਲਾ ਬਹਿ ਜਾ चाह पीनी है ना पुत चाह तो मैं पी आई बड़ी चाह औखा करती है फिर रात तो मैं लेट ही हो गया सी पुत होर मैं भी यही सोची जाती सी डॉक्टर ने कोई फिक्र वाली गल तो नहीं कही ओ ना ना मां सब कुछ ठीक है खून भी चेक कर लिया रिपोर्टा भी कर लिया शुक्र है ते हाँ सच मां अपने घरे कोई आया सी ਕਿਤੇ ਸੇਵ ਨੂੰ ਪਤਾ ਤਾਂ ਨਹੀਂ ਲੱਗ ਗਿਆ ਵੀ ਸੇਵ ਤੋਂ ਮਗਰੋਂ ਸੇਵ ਦੀ ਭੂਆ ਆਈ ਸੀ ਹਾਂ ਹਾਂ ਪੁੱਤ ਹਾਂ ਕੀ ਸੋਚਣ ਲੱਗ ਗਈ ਦੱਸ ਰਿਪੋਰਟਾਂ ਵਾਲੇ ਨੇ ਆਉਣਾ ਸੀ ਉਹ ਮੈਂ ਪਿੰਡ ਰਿਪੋਰਟਾਂ ਕਰਵਾ ਗਿਆ ਸੀ ਨਾ ਜਾਂਦਾ ਹੋਇਆ ਅੱਛਾ ਨਾ ਪੁੱਤ ਆਇਆ ਨਹੀਂ ਹਜੇ ਚਲ ਕੋਈ ਨਹੀਂ ਫੋਨ ਤੇ ਪੁੱਛ ਲੂੰਗਾ ਫਿਰ ਮੈਂ ਰਿਪੋਰਟਾਂ ਉਹ ਤੋਂ ਹਾਂ ਹਾਂ ਪੁੱਤ ਫੋਨ ਤੇ ਪਤਾ ਕਰ ਲਈ ਤੇ ਨਾਲੇ ਕੋਈ ਡਰ ਵਾਲੀ ਗੱਲ ਤਾਂ ਨਹੀਂ ਕਹੀ ਡਾਕਟਰ ਨੇ ख्याल रखी हां हां पुत क्यों नहीं ध्यान रखो जे मैं नहीं रखू होर कौन रखू नाले हुण तां मेरा काम करना बनदा है परमात्मा ने एडी वड्डी खुशी दित्ती अपने घर च ਹੁਣ ਨਹੀਂ ਮੈਂ ਥੱਕਦੀ ਕੰਮ ਕਰਨ ਲੱਗੀ ਨਾਲੇ ਅਸੀਂ ਪੁੱਤ ਦੋ ਮਾਮਾ ਧੀਆਂ ਕੰਮ ਕਰਨ ਵਾਲੀਆਂ ਸਾਨੂੰ ਕੰਮ ਤਾਂ ਵੰਡਿਆ ਚੁੰਡਿਆ ਹੀ ਆਉਂਦਾ ਤੂੰ ਟੈਨਸ਼ਨ ਨਾ ਲੈ ਆਹ ਇੱਕ ਗੱਲ ਹੋਰ ਪੁੱਤ ਆ ਮੈਂ ਅਨਪੜ੍ਹ ਆ ਨਾ ਮਚੜਾ ਮੈਨੂੰ ਪਤਾ ਨਹੀਂ ਲੱਗਦਾ ਦਵਾਈ ਦੇ ਟਾਈਮ ਦਾ ਉਹ ਧਿਆਨ ਰੱਖ ਲਈ ਪੁੱਤ ਬਣ ਕੇ ਦਵਾਈ ਦੇ ਦਿਆ ਕਰੀ ਟਾਈਮ ਮਾਂ ਤੂੰ ਜਮੀ ਨਾ ਫਿਕਰ ਕਰ ਹੈ ਬਸ ਦਵਾਈ ਬੂਟੀ ਦਾ ਖਿਆਲ ਮੈਂ ਰੱਖੂੰਗਾ ਘਰੇ ਸੀਰਤ ਦਾ ਖਿਆਲ ਤੂੰ ਰੱਖ ਲਈ ਠੀਕ ਹੈ ਨਾ ਉਹ ਮੇਰੀ ਜ਼ਿੰਮੇਵਾਰੀ ਹੈ ਪੁੱਤ बस शुक्र है भाई गुरु दा हुण बस चंगा समा आवे चंगा ही आऊगा पुत वाहिगुरु अहे बड़ी तकलीफ हो रही है मना किन्ना क चिर बाबे नूं झूठ बोलूंगी भी मैं तिलक के डिग गई एक ना एक दिन तो सच सामने आऊगा ही ना कदे तो पूछूगा ही ओह भी मां तू डिगी कित्थे है फिर की जवाब दे मैनूं पर वीरा आ रड़क मेरे इत्थे नहीं पैंदी मेरे इत्थे पैंदी है वीरा कालजे च पैंदी है जे तू हुंदा ਤਾਂ ਮੇਰੇ ਨਾਲ ਆ ਸਲੂਕ ਹੁੰਦਾ ਪਰ ਮੈਂ ਕਿਹੜਾ ਵੀਰੇ ਆਪ ਗਈ ਸੀ ਉੱਥੇ ਮੈਨੂੰ ਤਾਂ ਮੇਰੇ ਭਤੀਜੇ ਨੇ ਬੁਲਾਇਆ ਸੀ ਨਾ ਗਈ ਸੀ ਪਰ ਉਹਨੇ ਕੀ ਕੀਤਾ ਇਹ ਨਹੀਂ ਹੋ ਸਕਦਾ ਕਿ ਮੈਨੂੰ ਬੁਲਾ ਕੇ ਸ਼ਿਵ ਅੰਦਰੋਂ ਹੀ ਨਿਕਲਿਆ ਨਾ ਹੋ ਸਕਦਾ ਸ਼ਿਵ ਘਰੇ ਹੀ ਨਾ ਹੋਵੇ ਵੀਰਾ ਜੇ ਮੈਂ ਵਿਹੜੇ 'ਚ ਹੁੰਦੀ ਨਾ ਤੇਰੇ ਪੁੱਤ ਨੇ ਭੱਜ ਕੇ ਮੇਰੇ ਮੂਹਰੇ ਆਉਣਾ ਸੀ ਵੀ ਮੇਰੀ ਭੂਆ ਆਈ ਹੈ ਉਹਨੇ ਤਾਂ ਮੈਨੂੰ ਰਾਜਾਂਦੀ ਨੂੰ ਪਛਾਣ ਲਿਆ ਸੀ ਪਰ ਉਹ ਘਰੋਂ ਕਿਉਂ ਭੱਗੇ ਮੈਨੂੰ ਬੁਲਾ ਕੇ
ਮੈਨੂੰ ਇਹ ਨਹੀਂ ਸਮਝ ਆਈ ਵੀਰਾ ਜੇ ਮੈਂ ਆਪਣੇ ਪਿਓ ਦੇ ਘਰੇ ਜਾਂਦੀ ਹੁੰਦੀ ਤੇਰੇ ਘਰੇ ਆਉਂਦੀ ਸੀ ਤੈਨੂੰ ਕਿੰਨੀ ਖੁਸ਼ੀ ਹੁੰਦੀ ਸੀ ਵੀ ਮੇਰੀ ਭੈਣ ਆਈ ਹੈ ਮੇਰੀ ਭੈਣ ਆਈ ਕਿੰਨਾ ਚਾਅ ਚੜ੍ਹਦਾ ਹੁੰਦਾ ਤੈਨੂੰ ਕਿੰਨੀਆਂ ਬਹਿ ਕੇ ਆਪਾਂ ਗੱਲਾਂ ਕਰਦੇ ਸਾਰੇ ਦੋਸਤ ਕਰ ਲੈਂਦੇ ਸੀ ਮੇਰਾ ਵੀ ਮਨ ਹਲਕਾ ਹੋ ਜਾਂਦਾ ਵੀਰਾ ਮੈਂ 6 ਮਹੀਨੇ ਆਰਾਮ ਨਾਲ ਕੱਢ ਲੈਂਦੀ ਤੇਰੇ ਨਾਲ ਗੱਲਾਂ ਕਰਕੇ ਹੁਣ ਕੀ ਕਰਾਂ ਕਿਹਦੇ ਨਾਲ ਦੁੱਖ ਸੁੱਖ ਸਾਂਝੇ ਕਰਾਂ ਮੇਰੇ ਤਾਂ ਤੇਰੇ ਬਿਨਾ ਕੋਈ ਵੀ ਨਹੀਂ ਰਿਹਾ ਦੁਨੀਆਂ ਤੇ ਭਾਬੀ ਮੈਨੂੰ ਕੋਈ 5 ਨਾਮ ਦੱਸਿਓ 5 ਨਾਮ ਕਿਹਦੇ ਬਸ ਕੋਈ ਵੀ 5 ਨਾਮ ਦੱਸ ਦਿਓ ਸੋਹਣੇ ਸੋਹਣੇ ਪਰ ਕਿਉਂ ਮੈਂ ਨਾ ਨਿੱਕੇ ਜਿਹੇ ਮਹਿਮਾਨ ਦੀ ਵੇਟ ਕਰੀ ਜਾ ਰਿਹਾ ਵੀ ਕਦੋਂ ਉਹ ਆਊਗਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਫਿਰ ਤੁਸੀਂ 5 ਨਾਮ ਦੱਸ ਦਿਓ ਮੈਂ ਉਹਨਾਂ ਦੀ ਲਿਸਟ ਬਣਾ ਲੂੰਗਾ ਜਦੋਂ ਮਹਿਮਾਨ ਆ ਗਿਆ ਨਾ ਫਿਰ ਆਪਾਂ 5 ਲਿਸਟਾਂ 'ਚੋਂ ਉਹਨਾਂ ਦਾ ਨਾਮ ਰੱਖਾਂਗੇ ਅੱਛਾ 5 ਨਾਮ 5 ਨਾਮ ਤੂੰ ਆਪ ਹੀ ਸੋਚ ਲੈ ਨਾ ਲੈ ਭਾਬੀ ਜੇ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਕਿਉਂ ਪੁੱਛਦਾ ਬਸ ਮੈਨੂੰ ਤਾਂ ਤੁਸੀਂ ਦੱਸੋ ਫਿਰ ਆਪਾਂ ਨੂੰ ਨਾ ਚੂਜ਼ ਕਰਨਾ ਈਜ਼ੀ ਹੋ ਜਾਊਗਾ ਠੀਕ ਹੈ ਲੈ ਦੇ ਮੈਂ ਆਪੇ ਸੋਚ ਕੇ ਆਪੇ ਲਿਖ ਦਿੰਦੀ ਸੋਹਣੇ ਸੋਹਣੇ ਰੱਖਿਓ 5 ਮੁੰਡੇ ਦੇ 5 ਕੁੜੀ ਦੇ ਮੈਂ ਲਿਖ ਦਿੰਦੀ ਹਾਂ ਠੀਕ ਹੈ ਭਾਬੀ ਤੇ ਭਾਬੀ ਜੀ ਮੈਂ ਇੱਕ ਗੱਲ ਸੋਚੀ ਆ ਕੀ ਅੱਜ ਤੋਂ ਬਾਅਦ ਨਾ ਤੁਹਾਡੇ ਸਾਰੇ ਕੰਮ ਬੰਦ ਪਰ ਉਹ ਕਿਉਂ ਅੱਜ ਤੋਂ ਬਾਅਦ ਨਾ ਭਾਬੀ ਤੁਸੀਂ ਆਰਾਮ ਕਰਿਆ ਕਰੋ ਸਾਰੇ ਕੰਮ ਨਾ ਮੈਂ ਕਰੂੰਗੀ ਅੱਛਾ ਇੰਨੀ ਨਿੱਕੀ ਜੀ ਆ ਸਾਰੇ ਘਰ ਦੇ ਕੰਮ ਨਿਬੇੜ ਲਿਆ ਕਰੇਂਗੀ ਹੋਰ ਭਾਬੀ ਮੈਂ ਆਪੇ ਕਰ ਲਿਆ ਕਰੂੰ ਸਾਰੇ ਕੰਮ ਬਸ ਤੁਸੀਂ ਆਰਾਮ ਕਰਿਆ ਕਰੋ ਮੇਰੀ ਗੱਲ ਸੁਣ ਅਰਸ਼ੂ ਪ੍ਰੈਗਨੈਂਸੀ ਟਾਈਮ ਨਾ ਛੋਟੀ ਮੋਟੀ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਤੂੰ ਇਹਦੀ ਜਮਾ ਟੈਨਸ਼ਨ ਨਾ ਲੈ ਤੂੰ ਤਾਂ ਬਸ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਚੱਲ ਚੱਕ ਕਿਤਾਬਾਂ ਹੋ ਜਾ ਸ਼ੁਰੂ ਪੁੱਤ ਠੀਕ ਹੈ ਤੂੰ ਹਾਂਜੀ ਮੰਮੀ ਠੀਕ ਹਾਂ ਮੈਂ ਪੁੱਤ ਫਿਰ ਇੱਥੇ ਬੈਠੀ ਕੀ ਕਰਦੀ ਆ ਬਾਹਰੇ ਏਡੀ ਸੋਹਣੀ ਧੁੱਪ ਨਿਕਲੀ ਹੈ ਫਿਰ ਤੂੰ ਪੇ ਬਹਿ ਜਾਏਗਾ ਤੂੰ ਉਹ ਤਾਂ ਮੰਮੀ ਬਸ ਵੈਸੇ ਹੀ ਬਹਿ ਗਈ ਉਰੇ ਨਾਲੇ ਪੁੱਤ ਆਹ ਕੀ ਲਿਖੀ ਜਾਣੀ ਆ ਕਿਤੇ ਅਰਸ਼ੂ ਨਾਲ ਦੁਬਾਰੇ ਤਾਂ ਨਹੀਂ ਪੜ੍ਹਨ ਲੱਗ ਗਈ ਉਹ ਨਹੀਂ ਨਹੀਂ ਮੰਮੀ ਅਰਸ਼ੂ ਨੇ ਤਾਂ ਮੈਨੂੰ ਕੰਮ ਲਾ ਰੱਖਿਆ ਸੀ ਕਹਿੰਦੀ ਭਾਬੀ ਤੁਸੀਂ ਮੁੰਡੇ ਕੁੜੀਆਂ ਦੇ ਨਾਮ ਲਿਖ ਲਓ ਮੈਂ ਤਾਂ ਉਹ ਲਿਖ ਰਹੀ ਸੀ ਮੁੰਡੇ ਕੁੜੀਆਂ ਦੇ ਨਾਂ ਉਹ ਕਿਉਂ ਭਲਾ ਮੰਮੀ ਅਰਸ਼ੂ ਕਹਿੰਦੀ ਜਦੋਂ ਬੇਬੀ ਹੋਇਆ ਨਾ ਬੇਬੀ ਦੇ ਨਾਮ ਰੱਖਣੇ ਆਸਾਨ ਹੋ ਜਾਣੇ ਆ ਫੋਟ ਸੁੱਤੀ ਕਿਸਮਤ ਮੇਰੀ ਕੀ ਹੋਇਆ ਮੰਮੀ ਐਵੇਂ ਕਿਉਂ ਬੋਲਦੇ ਹੋ ਹੋਰ ਕਿਵੇਂ ਬੋਲਾਂ ਜੇ ਨਾਮ ਲਿਖਣੇ ਹੀ ਹੈ ਤਾਂ ਮੁੰਡੇ ਮੁੰਡਿਆਂ ਦੇ ਲਿਖ ਕੁੜੀਆਂ ਦੇ ਕਿਉਂ ਕੀ ਆ ਮੰਮੀ ਜ਼ਰੂਰੀ ਥੋੜ੍ਹੀ ਆ ਜਿਹੜਾ ਆਪਣੇ ਘਰੇ ਕਾਕਾ ਆਉਣਾ ਉਹ ਮੁੰਡਾ ਹੀ ਹੋਵੇ ਮੈਂ ਕੁੜੀ ਦੀ ਵੀ ਤਾਂ ਭੂਆ ਬਣ ਸਕਦੀ ਹਾਂ ਭੂਆ 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 ਬੱਚੀ ਬਣੀ ਭੂਆ ਦੀ ਇੱਦੂ ਮੁੜ ਕੇ ਨੌਣਾ ਲੈ ਗਈ ਇਸ ਘਰ 'ਚ ਕੁੜੀ ਦਾ ਲੱਭਦਾ ਨਹੀਂ ਕਦੋਂ ਤਾਂ ਲੱਭੀ ਜਾਣਾ ਬੇ ਕੀ ਲੱਭਦਾ ਹੈ ਪੁੱਤ ਤੂੰ ਉਹੀ ਮਾਂ ਆ ਜਿਹੜੀ ਮੈਂ ਪਰਸੋਂ ਜੈਕਟ ਲੈ ਕੇ ਆਇਆ ਨਵੀਂ ਉਹ ਪਤਾ ਨਹੀਂ ਕਿੱਥੇ ਆ ਲੈ ਹੈ ਮੇਰਾ ਕਮਲਾ ਪੁੱਤ ਪੁੱਤ ਉਹ ਤਾਂ ਮੈਂ ਸੰਦੂਕ 'ਚ ਧਰਤੀ ਸੀ ਉਹ ਮਾਂ ਸੰਦੂਕ 'ਚ ਰੱਖਣ ਨੂੰ ਕੀ ਹੋਇਆ ਸੀਗਾ ਉਹ ਤਾਂ ਅੱਜ ਮੈਂ ਪਾ ਕੇ ਜਾਣੀ ਸੀ ਆ ਜਾ ਮੈਂ ਦਿੰਦੀ ਹਾਂ ਕੱਢ ਕੇ ਚੱਲ ਮਾਂ ਖੜਾ ਆ ਪਈਏਗੀ ਆ ਤਾਂ ਨਹੀਂ ਓਏ ਇਹੀ ਆ ਮਾਂ ਲੈ ਕਦੋਂ ਤੈਨੂੰ ਲੱਭੀ ਜਾਂਦਾ ਮੈਂ ਚੱਲ ਪਾ ਲੈ ਚੱਲ ਆ ਵੀ ਸਾਫ਼ ਕਰਨ ਵਾਲਾ ਹੋ ਰਿਹਾ ਸੰਦੂਕ ਜਾ
ਬਾਹਲੀ ਕੱਪੜਾ ਲੀੜਾ ਜਿਹਾ ਖਿਲਰੇ ਪਏ। ਹੋ ਯਾਰ ਲੱਭੂ, ਹੋ ਜਿੰਨੀ ਤੈਨੂੰ ਠੰਡ ਲੱਗਦੀ ਆ ਹੋਏ ਓਨੀ ਮੈਨੂੰ ਲੱਗਦੀ ਆ। ਹੈਂ, ਤੂੰ ਤਾਂ ਕਹਿੰਦੀ ਸੀ ਹਾਂ ਵੀ ਤੇਰੇ ਹਰ ਦੁੱਖ ਸੁੱਖ 'ਚ ਮੈਂ ਤੇਰੇ ਨਾਲ ਆ, ਪਰ ਆਹ ਦੇਖ ਲਾ ਆਹ ਥੋੜ੍ਹੀ ਠੰਡ ਕੀ ਹੋਈ ਮੇਰੇ ਪਿੱਛੇ ਜਾ ਕੇ ਲੁਕ ਗਈ ਤੂੰ ਤਾਂ। ਆ ਜਾ ਨਾ ਯਾਰ ਸਾਹਮਣੇ। ਅੱਛਾ, ਐ ਨਹੀਂ ਆਉਂਦੀ ਫਿਰ ਤੂੰ, ਹੈ ਨਹੀਂ ਉਹ ਕੁਛ ਕਰਨਾ ਪੈਣਾ। ਲੈ ਫਿਰ ਮੈਂ ਤਿੰਨ ਗਿਣਦਾ, ਜੇ ਮੇਰੇ ਤਿੰਨ ਗਿਣਦੇ ਗਿਣਦੇ ਨਾ ਬਾਹਰ ਆਈ ਨਾ ਫਿਰ ਦੇਖ ਲਾ। ਇੱਕ, ਆ ਜਾ ਨਾ ਯਾਰ ਸਾਹਮਣੇ, ਆਉਣਾ ਨਹੀਂ। ਅੱਛਾ, ਦੋ ਆਉਂਗੇ ਨਾ। ਅੱਛਾ ਜੀ, ਮੇਰੇ ਨਾਲ ਜਿੱਦ, ਮੇਰੇ ਨਾਲ ਚਿਤਰਾਈ, ਕੋਈ ਨਾ ਬਸ ਤੁਸੀਂ ਹੁਣ ਰੁਕੋ ਤਾਂ ਸਹੀ, ਹੁਣ ਨਾ ਮੈਂ ਲਾਸਟ ਕਾਊਂਟ ਕਰਨਾ, ਜੇ ਹੁਣ ਵੀ ਸਾਹਮਣੇ ਨਾ ਆਏ ਫਿਰ ਦੇਖਿਓ ਤੁਹਾਡੇ ਨਾਲ ਕੀ ਬਣਦਾ। ਇਹ ਤਿੰਨ ਬਣਦਾ ਦੇਖੋ ਕੀ ਆ। ਕਿਉਂ ਲੱਗ ਰਹੀ ਆ ਨਾ ਠੰਡ ਹੁਣ? ਹਵਾ ਪਤਾ ਕਿੰਨੀ ਚੱਲਦੀ ਆ, ਲੱਗਿਆ ਨਾ ਪਤਾ ਹੁਣ ਕਿੰਨੀ ਹਵਾ ਚੱਲਦੀ ਆ। ਜਾਓ, ਮੈਂ ਨਹੀਂ ਬੋਲਦੀ ਤੁਹਾਡੇ ਨਾਲ। ਜਿਹੜਾ ਬੰਦਾ ਕਹਿੰਦਾ ਸੀ ਲਵੋ ਤੇਰੇ ਨਾਲ ਹਰ ਮੁਸੀਬਤ 'ਚ ਖੜਾ, ਅੱਜ ਇੱਕ ਠੰਡੀ ਹਵਾ ਮੂਹਰੇ ਨਹੀਂ ਖੜ ਸਕਿਆ। ਉਹ ਲਵੋ ਗੱਲ ਤਾਂ ਸੁਣ ਯਾਰ, ਉਹ ਮੇਰੇ ਵੱਲ ਮੂੰਹ ਤਾਂ ਕਰ ਲਾ। ਤੈਨੂੰ ਲੱਗਦਾ ਵੀ ਆ ਮੈਂ ਠੰਡੀ ਹਵਾ ਤੋਂ ਡਰ ਗਿਆ? ਠੰਡੀ ਹਵਾ ਤਾਂ ਕੀ, ਰੱਬ ਨਾ ਕਰੇ ਤੇਰੇ 'ਤੇ ਕੋਈ ਮੁਸੀਬਤ ਆਵੇ ਨਾ, ਉਹਨੂੰ ਸਭ ਤੋਂ ਪਹਿਲਾਂ ਉਹਨੂੰ ਮੈਨੂੰ ਮਿਲਣਾ ਪਊ। ਓਹੋ, ਤੁਸੀਂ ਤਾਂ ਸੀਰੀਅਸ ਹੀ ਲੈ ਗਏ, ਮੈਂ ਤਾਂ ਮਜ਼ਾਕ ਕਰਦੀ ਸੀ। ਜੇ ਆਹੀ ਗੱਲ ਹੈ ਨਾ, ਮੈਂ ਦੇਖਦੀ ਹਾਂ ਕਿਹੜੀ ਹਵਾ ਵੱਜਦੀ ਹੈ ਤੁਹਾਡੇ ਵਿੱਚ, ਆ ਜਾਓ ਮੇਰੇ ਪਿੱਛੇ ਪਿੱਛੇ। ਹੋਏ ਯਾਰ ਲਵੂ, ਤੂੰ ਵੀ ਨਾ ਬਹੁਤ ਸ਼ਰਾਰਤੀ ਆ, ਆ ਚੱਲੀਏ ਫਿਰ। ਉਹ ਸੱਚ ਮੈਨੂੰ ਉਹ ਗੱਲ ਦੱਸ ਯਾਰ ਜਿਹੜੀ ਤੈਨੂੰ ਪਹਿਲਾਂ ਕਹੀ ਆ, ਉਹ ਜਾਣ ਵਾਲੀ ਸੱਚੀ ਗੱਲ ਆ? ਉਹ ਲੈ ਜਾਣਾ ਨਹੀਂ ਹੁਣ, ਨਾਲੇ ਮੈਂ ਤਾਂ 2 ਮਹੀਨੇ ਰਹਿ ਕੇ ਆਉਂਗੀ। 2 ਮਹੀਨੇ? ਤੂੰ ਨਾ ਫਿਰ ਐਂ ਕਰ, ਮੈਨੂੰ ਜ਼ਹਿਰ ਦੀ ਸ਼ੀਸ਼ੀ ਇੱਥੇ ਲਿਆ ਕੇ ਦੇ ਦੇ ਤੇਰੇ ਜਾਣ ਤੋਂ ਬਾਅਦ, ਵੈਸੇ ਵੀ ਤਾਂ 2 ਮਹੀਨਿਆਂ 'ਚ ਮੈਂ ਮਰੀ ਜਾਣਾ। ਕਿਵੇਂ ਦੀ ਗੱਲ ਕਰਦੇ ਹੋ, ਮੈਂ ਤਾਂ ਮਜ਼ਾਕ ਕਰਦੀ ਸੀ। ਜਾਊਂਗੀ, ਬਸ ਥੋੜ੍ਹੇ ਕੁ ਦਿਨ ਰਹਿ ਕੇ ਆ ਜਾਊਂਗੀ, ਨਾਲੇ ਜੇ ਹੋਈ ਹਿੰਮਤ ਤਾਂ ਆ ਜਾਇਓ ਪਿੱਛੇ ਪਿੱਛੇ। ਹੋ ਨਾ ਬਾਬਾ ਨਾ, ਓਏ ਉੱਥੇ ਆ ਕੇ ਮੈਂ ਕੁੱਟ ਥੋੜ੍ਹੀ ਖਾਣੀ ਆ, ਮੈਂ ਤਾਂ ਤੇਰੀ ਇੱਥੇ ਵੇਟ ਕਰ ਲੂੰਗਾ। ਪਰ ਇੱਕ ਗੱਲ ਕਹਾਂ ਤੈਨੂੰ, ਮੈਂ ਨਾ ਯਾਰ ਤੈਨੂੰ ਮਿਸ ਬਹੁਤ ਕਰੂੰਗਾ। ਛੱਡੋ ਯਾਰ, ਹੁਣ ਇਮੋਸ਼ਨਲ ਨਾ ਕਰ ਦਿਓ ਮੈਨੂੰ, ਵੈਸੇ ਨਾ ਮਿਸ ਤਾਂ ਮੈਂ ਵੀ ਬਹੁਤ ਕਰੂੰਗੀ। ਫਿਰ ਕਹਿੰਦੀ ਮੈਂ ਠੀਕ ਨਹੀਂ ਹੁੰਦੀ, ਠੀਕ ਹੋਊਗੀ ਕਿਵੇਂ, ਦੇਖੀਏ ਤਾਂ ਯਾਦ ਵੀ ਨਹੀਂ ਹੋਣੀ। ਸੀਰਤ ਆ? ਹਾਂਜੀ। ਸ਼ਾ ਪਾਣੀ ਪੀ ਲੈ, ਥੱਕ ਗਈ ਹੋਵੇਗੀ। ਮੈਂ ਕਿਉਂ ਥੱਕਣਾ ਜੀ, ਕੰਮ ਕਰੀ ਜਾਂਦੀ ਹਾਂ, ਪਾਣੀ ਤਾਂ ਪੀ ਲੈ। ਸ਼ਾਬਾਸ਼ ਸ਼ਾਬਾਸ਼, ਭਰ ਲਾ ਪਾਣੀ ਦੀਆਂ ਘੁੱਟਾਂ। ਕੀ ਉਹ? ਸੌਰੀ ਜੀ, ਮੈਂ ਦਵਾਈ ਲੈਣਾ ਭੁੱਲ ਗਈ ਸੀ। ਯਾਰ ਯਾਦ ਕਰ ਡਾਕਟਰ ਨੇ ਕੀ ਕਿਹਾ ਸੀ, ਡਾਕਟਰ ਨੇ ਕਿਹਾ ਸੀ ਨਾ ਵੀ ਦਵਾਈ ਸਕਿੱਪ ਨਹੀਂ ਕਰਨੀ। ਸੌਰੀ ਜੀ। ਹਾਂ, ਇਹ ਸਿਆਣਾ ਜਵਾਕ ਬਣ ਕੇ ਨਾ
छेती ले लिया कर आपदे आप लाले थोनू एक गल दसा मैं अर्शु ने अज की किता करना किसी उन्हें जी उन्हें तो बाल ही चाह है जवाक दे नाम सोची जंदी सी वे बच्ची है हो पर चाह होवे भी क्यों ना फिर भी भूआ है हो ये गलत है चल तू ना कपड़े गिले ने जेड़े पा के सुकने छेती नीचे आ जा ठीक है ठंडा ऊपर ठीक है जी हाँ मेरे सत श्री अकाल होर ठीक हो हाँ हाँ मेरे ठीक है बढ़िया हाँ मेरे याद है मेरे भुल दे नहीं ना ना देवे देख जरूर थोड़ा जहा समा उतों की लंघ गया मैनू भी पता है सेवा आने वाला ही आ मैं वो ना कर दी गल हाँ मेरे कोई ना भरजाई नू कह दी टेंशन ना करे जरूर देवे हाँ पैसे तो देख देने ही देने कोई गल नहीं अज नहीं तो कल मैं सेवना कर दी गल तेन दसिया हाँ हाँ ल सच और साख की गल तो चली जाती है मेरी निगाह च है कुड़ी लै होर जे मैं आपके भतीजे साख नहीं कराऊंगी होर किनू कराऊंगी जरूर हाँ चली जाती है गल बई मेरी निगाह च है हाँ हाँ कोई ना ठीक है लै कामलिए तू तो होर पैसे मंगन लगी सी तू तो पहला नहीं भुली बैठी है मैनू तो लगती है शिव दे भी याद नहीं है पैसे अज वो शिव ने कर दी गल भी भाई तेरे मामे के पैसे आप भुल ही बैठे हाँ आ स्वेटर बल्ले नहीं भेने आता तो दिल जित लिया वो तेरे हाथों च तेरिया सलाइया च जादू है भाई जादू वो जमा फिट फट जमा मेचे का मैनू ऐसा दस दे भेन मेरी है तो मेचा कदों लै लिया मेरा है मेरा कमला भीर भैन तो भीर का नप अखा ना ही मिल लेंदिया ने खर्चे तेरी नज़र ला दे मेरे भीर में कोई नज़र ना ला दे मैनू नहीं लगती नज़र नज़र किमें लग जू भला मेरे सौरों ने एक नजर बटू भेजता दिता मेरे नाल है नाले गल सुन आ स्वेटर ना मैं ला के तेनू ही बना के जाऊं क्यों वीरे तेनू पसंद नहीं आया ओए बहुत पसंद है ता ही ना मैं कहना वो नाले ना कल परसों मेरे साले ने आना ये नहीं पता साला मेरा पा के ले जे है तेरे लगे ला के दे के जाऊं जदों नाले मैं तेरी भरजाई नू लेके आऊं है तू तो सामने दे नाले मैं उन्हूं कहूं भी देख किन्ना सोहना तोहफा दिता मेरी भैन ने हाय मेरे बा तू ऐ क्यों किया मेरा तू मेरे बुने स्वेटर किन्ने शौक नाल पाउंदा हुंदा जे मैं कोई स्वेटर तेरे लिए बुन दिंदी तेनू चौ चढ़ जांदा सी आ स्वेटर जिदे भी तेनू दिखाया सी तेनू किन्ना चौ चढ़िया सी भी मेरी भैन ने मेरे लिए स्वेटर बुने मैनू की पता सी भी वह मनूस घड़ी सी जेड़ी घड़ी मैं स्वेटर की पछम खरीद के लई सी मीरा तेरिया निशानियां मैं साम के रखिया ने इन्हां नाल दो घड़ी गल्लां कर गल्लां करके आपदा मन हल्का कर लैंदी हां पता नहीं तू कितें सुनदा होवेगा जां ना पत
पता नहीं हुण कित्थे जाके अपने मेल होणगे। कदे आपां दुबारे भैण भरा बणांगे जां नहीं। मीरा तू जाण दी बहुत काली कीती, मैं ते तो बड़ी बैठी सी, तू अपनी थां ते मैनू तोर देना सी। तेरी चिट्ठी तू मेरे हाथ क्यों ना फड़ाई। शिव पुत, अज तेरे मामे ना गल हुई सी मेरी फोन ते। ठीक ठाक है मामा? हाँ ठीक ठाक है। ते पुत आपा तो दोने भला कड़ा मां पुत। क्यों मां? तेरी भी जादरी सच्ची? ना मां, की गल होगी? आपा पैसे नहीं लाए सी, आपा तो भुले बैठे हाँ। पैसे? ओ हाँ मां, जो मैं गल तोरन लगी सी हजे तेरे मामे ने तो पहले ही याद कराते मेरे। मैं तो भाई उत्थे ही मूँह बंद कर लिया, मैं तो साबता सह नहीं कटिया जो याद आई गल। कोई ना मां, आ फसल ते ना मामे का नमेड़ दांगे साहब आप। नाले पुत उन्हें भी तेरी मामी तो पड़दे नाल ही दत्ते ने, जे उन्हूं पता लग गया भाई उन्होंने घर कलेस ना पे जे। ना ना मां, ਐਵੇਂ ਕਾਹਨੂੰ ਹੁਣ ਦੇਵਾਂਗੇ ਕਲੇਸ਼, ਉਹ ਵੀ ਆਪਣੇ ਕਰਕੇ। ਕਦੇ ਵੀ ਨਹੀਂ। ਫਿਰ ਨਾ ਭਾਈ ਸੱਚ ਪੁੱਤ ਗੱਲ ਚੱਲ ਪਈ ਮੁੰਡੇ ਦੇ ਰਿਸ਼ਤੇ ਦੀ, ਸਿਕੰਦਰ ਦਾ ਰਿਸ਼ਤਾ ਦੇਖਦੇ ਕਰਦੇ ਆ ਨਾ। ਚੱਲ ਸਿਕੰਦਰ ਦਾ ਵੀ ਵਿਆਹ ਹੋ। ਲੈ ਹੋਰ ਹੁਣ ਮੈਂ ਤਾਂ ਐਂ ਕਹਿੰਦੀ ਹਾਂ ਸ਼ਿਵ ਤੂੰ ਹੀ ਕਰਾ ਦੇ ਰਿਸ਼ਤਾ, ਜੇ ਕੋਈ ਨਿਗਾਹ 'ਚ ਹੈਗਾ ਪਵਾ ਲੈ ਛਾਂਪ ਜੇ ਪੈਂਦੀ ਹੈ। ਗੱਲ ਤਾਂ ਤੇਰੀ ਸਹੀ ਹੈ ਮਾਂ, ਕੋਈ ਨਹੀਂ ਕਰਦਾ ਮੈਂ ਗੱਲ ਸੀਰਤ ਨਾਲ, ਦੇਖਦੇ ਉਹਦੇ ਵਾਸਤੇ ਵੀ ਕੁੜੀ ਕੋਈ ਪਵਾਉਣਾ ਸ਼ਾਮ ਪੁੱਤ। ਇੱਧਰਲੀ ਉਂਗਲ ਵਿਹਲੀ ਹੋਈ ਆ ਮੇਰੀ। ਹਾਂ ਪੁੱਤ ਸੀਰਤ ਨਾਲ ਗੱਲ ਕਰੀ, ਉਹਦੇ ਤਾਏ ਚਾਚਿਆਂ ਦੇ ਕੋਈ ਨਾ ਕੋਈ ਤਾਂ ਕੁੜੀ ਹੋਊਗੀ ਉਹਦੇ ਨਿਗਾਹ 'ਚ, ਪਵਾ ਲੈ ਸ਼ਾਮ ਨਾਲੇ ਰਿਸ਼ਤੇਦਾਰੀ 'ਚ ਰਿਸ਼ਤੇਦਾਰੀ ਬਣ ਜੂਗੀ, ਨਾਲੇ ਤੇਰੀ ਮਾਮੀ ਖੁਸ਼ ਹੋ ਜੂ। ਚੱਲ ਠੀਕ ਹੈ ਮਾਂ, ਕਰਦਾ ਮੈਂ ਗੱਲ। ਕਰ ਲੈ। ਓਹੋ ਭਾਬੀ ਮੈਂ ਗੁੱਸੇ ਆ ਤੁਹਾਡੇ ਨਾਲ। ਕੀ ਹੋਇਆ ਮੇਰੀ ਲਾਡੋ ਨੂੰ? ਤੁਸੀਂ ਚਾਹ ਬਣਾਈ ਜਾਂਦੇ ਹੋ ਨਾ? ਹਾਂ ਫਿਰ ਕੀ ਹੋਇਆ? ਬਾਹਰ ਨਾ ਭਾਬੀ ਵੀਰਾ ਦੀ ਮੰਮੀ ਗੱਲਾਂ ਕਰਦੇ ਸੀ ਵੀ ਤੁਹਾਨੂੰ ਕੋਈ ਵੀ ਕੰਮ ਨਹੀਂ ਕਰਨ ਦੇਣਾ ਹੈਗਾ, ਤੁਸੀਂ ਆਰਾਮ ਹੀ ਕਰਨਾ ਬਸ। ਫਿਰ ਕੀ ਹੋਇਆ ਪੁੱਤ? ਕੰਮ ਤਾਂ ਮੈਨੂੰ ਕਰਨੇ ਹੀ ਪੈਣੇ ਨੇ, ਨਾਲੇ ਤੇਰੇ ਕੋਲ ਹੀ ਰਿਹਾ ਕਰੂਗੀ। ਓਹੋ ਰਿਹਾ ਕਰੂਗਾ, ਕਿਉਂਕਿ ਮੰਮੀ ਜੀ ਨੇ ਕਿਹਾ ਸੀ ਨਾ ਇਸ ਘਰ 'ਚ ਕੁੜੀ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਨਾਲੇ ਦੇਖੀ ਤੈਨੂੰ ਹੀ ਭੂਆ ਭੂਆ ਕਰਦਾ ਫਿਰਿਆ ਕਰੂਗਾ। ਭੂਆ ਕਿਧਰੇ ਨਹੀਂ ਤੇਰੀਆਂ ਬਾਹਾਂ ਆਕੜੀਆਂ, ਚੱਲ ਗਾ ਤੁਰ। ਹੈਲੋ ਕੀ ਹੋਇਆ ਪੁੱਤ ਤੈਨੂੰ? ਕਿਹੜੀ ਸੋਚੋ ਚ ਭੱਗ ਗਈ? ਕੁਛ ਨੀ ਭਾਬੀ, ਤੁਸੀਂ ਮੈਨੂੰ ਇਹ ਦੱਸੋ ਵੀਰਾ ਕਿੱਥੇ ਆ? ਵੀਰਾ ਤਾਂ ਇੱਥੇ ਹੈ, ਪਰ ਤੈਨੂੰ ਅਚਾਨਕ ਕੀ ਹੋ ਗਿਆ? ਮੈਂ ਕੋਈ ਗੱਲ ਕਰਨੀ ਹੈ ਵੀਰੇ ਨਾਲ ਆਪਣੀਆਂ ਕਿਤਾਬਾਂ ਬਾਰੇ। ਉੱਪਰ ਹੀ ਹੋਣਾ ਤੇਰਾ ਵੀਰਾ। ਚਲੋ ਮੈਂ ਆਈ। ਪਤਾ ਨਹੀਂ ਕਮਲੀ ਜੀ ਨੂੰ ਕੀ ਹੋ ਜਾਂਦਾ। ਮੰਮੀ ਨਾ ਹਮੇਸ਼ਾ ਐਂ ਕਰਦੇ ਨੇ, ਵੀਰਾ ਕਿਹੜਾ ਘਰੇ ਹੁੰਦਾ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਦੇ ਜਾਣ ਤੋਂ ਬਾਅਦ ਘਰੇ ਮੰਮੀ ਕੀ ਕੁਛ ਕਰਦੇ ਨੇ। ਅੱਜ ਮੈਂ ਵੀਰੇ ਨਾਲ ਗੱਲ ਕਰ ਹੀ ਲੈਣੀ, ਚਾਹੇ ਕੁਛ ਮਰਜ਼ੀ ਹੋ ਜਾਵੇ। ਮੰਮੀ ਨੂੰ ਵੀ ਤਾਂ ਸਮਝਣਾ ਹੀ ਚਾਹੀਦਾ ਵੀ ਭੂਆ ਤਾਂ ਭੂਆ ਹੀ ਹੁੰਦੀ ਆ, ਬਸ ਕੁਛ ਵੀ ਹੋ ਜਾਵੇ ਅੱਜ ਮੈਂ ਵੀਰੇ ਨਾਲ ਗੱਲ ਕਰ ਹੀ ਲੈਣੀ, ਵੀਰੇ ਨੂੰ ਵੀ ਪਤਾ ਲੱਗੇ ਵੀ ਉਹਨਾਂ ਦੇ ਜਾਣ ਤੋਂ ਬਾਅਦ
ਕਰੇ ਕੀ ਕੁਛ ਹੁੰਦਾ ਨਾਲੇ ਉਸ ਦਿਨ ਕਰੇ ਕੀ ਹੋਇਆ ਸੀ ਬਸ ਮੈਂ ਅੱਜ ਗੱਲ ਕਰ ਹੀ ਲੈਣੀ ਹੈ ਬੀਬੀ ਨਾਲ ਹਾਂ ਕਾਲੀ ਠੀਕ ਹੈ ਬਸ ਉਹ ਤਾਂ ਗੱਲ ਹੋ ਹੀ ਗਈ ਆਹੋ ਚੱਲ ਠੀਕ ਹੈ ਫਿਰ ਓਕੇ ਓਕੇ ਵੀਰੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਰਸ਼ ਕੀ ਗੱਲ ਕਰਨੀ ਵੀਰੇ ਮੈਂ ਨਾ ਤੁਹਾਡੇ ਨਾਲ ਮੰਮੀ ਬਾਰੇ ਗੱਲ ਕਰਨੀ ਆ ਮੰਮੀ ਬਾਰੇ ਹਾਂ ਵੀਰੇ ਮੰਮੀ ਬਾਰੇ ਕੀ ਗੱਲ ਕਰਨੀ ਸੀ ਕਿਹਾ ਕੁਛ ਮੰਮੀ ਨੇ ਇੱਕ ਵਾਰ ਨਹੀਂ ਵੀਰੇ ਬਹੁਤ ਵਾਰ ਤੇ ਬਹੁਤ ਕੁਛ ਬਹੁਤ ਕੁਛ ਕੀ ਕਿਹਾ ਮੰਮੀ ਨੇ ਤੂੰ ਮੈਨੂੰ ਖੁੱਲ੍ਹ ਕੇ ਦੱਸ ਵੀਰੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ ਅਤੇ ਕਿੱਥੇ ਖਤਮ ਕਰਾਂ ਵੀਰੇ ਉਸ ਦਿਨ ਨਾ ਭਤੀਜੇ ਭਤੀਜਿਆਂ ਨਾਲ ਕੀ ਪਿਆਰ ਹੁੰਦਾ ਵੀਰੇ ਮੰਮੀ ਬਹੁਤ ਗਲਤ ਕਰ ਰਹੇ ਨੇ ਤੂੰ ਚੱਲ ਮੇਰੇ ਨਾਲ ਮੈਂ ਦੱਸਦਾ ਮੰਮੀ ਨੂੰ ਕੀ ਗਲਤ ਹੈ ਕੀ ਸਹੀ ਹੈ ਨਾਲੇ ਜੋ ਉਹ ਕਰ ਰਹੀ ਹੈ ਇਹ ਸਹੀ ਥੋੜੀ ਹੈ ਮੇਰੇ ਹੁੰਦੇ ਹੋਏ ਜਿਹਦਾ ਹੱਕ ਜਿਹਨੂੰ ਮਿਲਣਾ ਚਾਹੀਦਾ ਉਹਨੂੰ ਮਿਲ ਕੇ ਰਹੂਗਾ ਚੱਲ ਮਾਂ ਇਹ ਅਰਸ਼ ਕੀ ਕਹਿ ਰਹੀ ਹੈ ਪੁੱਤ ਕੀ ਹੋਇਆ ਮਾਂ ਤੂੰ ਠੀਕ ਨਹੀਂ ਕਰ ਰਹੀ ਇਹ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਪੁੱਤ ਪਤਾ ਤਾਂ ਲੱਗੇ ਮੈਂ ਕੀ ਕੀਤਾ ਬਸ ਕਰ ਮਾਂ ਭੂਆ ਤਾਂ ਭੂਆ ਹੀ ਹੁੰਦੀ ਹੈ ਨਾ ਇਹ ਤਾਂ ਗਲਤੀ ਹੋ ਗਈ ਸ਼ਿਵ ਨੂੰ ਪਤਾ ਲੱਗ ਗਿਆ ਕਿ ਮੈਂ ਧੱਕੇ ਮਾਰ ਮਾਰ ਉਹਦੀ ਭੂਆ ਘਰੋਂ ਕੱਢੀ ਹੈ